ने देखिया सारे किसानां दे पोतां सी मेरा बेटा भी नाल चल के आया अवकाश मान वो कहते आपके तो कनेडा तोरे विआह खड़ा मेरा भी थोड़े बिच खड़ा गल इस तरह एक दो गल्लां क्योंकि ड्यूटी मेरी कल्ले दी आ बाबे ने सब तो पहला मुहिम साडे विचों शुरू कीती और असी तुहाडे नाल वादा करदे आ इह गल अज 25 नूं खत्म नहीं हो जू साडी बल्ले बल्ले साडे हेठ महंगीआं गड्डीआं देसां विदेशां दे नाल आम किसानां दे पुत्तां दे पासपोर्ट भर गए दुनिया घूम ली इक्को इक कारण थोड़ियां ताड़ियां थोड़ियां बल्ले बल्ले सानू शाबाश थोड़ियां विआह शादियां साडे लाए खाड़े जिहने साडियां जेबां भरतीआं अज तुसी सड़कां ते हो थोड़ी जिंदगी मौत दा सवाल आ तां इह साडी भी जिंदगी मौत दा सवाल आ सानू एक मिनट लई भी सानू कलाकार ना समझो जिन्नी देर धरने चलणगे जिन्नी देर तीन ऑर्डिनेंस वापस नहीं होणगे उन्नी देर जिथे जिवें साडी ड्यूटी लाओगे असीं आ खड़े वादा करदे आ पंचायत च असीं थोड़े नाल उठे असीं खड़ांगे साडियां फेसबुक साडे इंस्टाग्राम साडे ट्विटर ਉਹ ਤੁਹਾਡੀ ਲੜਾਈ ਲੜਨਗੇ ਉੱਥੇ ਸਾਡੀਆਂ ਫਿਲਮਾਂ ਸਾਡੇ ਗਾਣਿਆਂ ਦਾ ਪ੍ਰਚਾਰ ਨਹੀਂ ਹੋਊਗਾ ਬਾਹਲਾ ਮੈਂ ਲੈਕਚਰ ਨਹੀਂ ਕਰਨਾ ਸਾਹਮਣੇ ਬੋਲਣਾ ਤੇ ਮੈਂ ਝੋਲੀ ਅੱਡ ਕੇ ਸਾਰੇ ਕਲਾਕਾਰਾਂ ਦੀ ਤਰਫੋਂ ਮੈਂ ਭੀਖ ਮੰਗਦਾ ਪੰਜਾਬੀਆਂ ਤੋਂ ਪੰਜਾਬੀ ਨੌਜਵਾਨਾਂ ਤੋਂ ਛੱਡ ਦਿਓ ਪਾਰਟੀਆਂ ਪਾਰਟੀਆਂ ਨੇ ਆਪਦੀ ਕੁਰਸੀ ਦੀ ਲੜਾਈ ਲੜਨੀ ਆ ਇਹਨਾਂ ਨੇ ਜਿਹੜੇ ਆਹ ਬੈਠੇ ਆ ਕਿਸਾਨ ਇਹਨਾਂ ਨੇ ਕਿਸਾਨੀ ਦੀ ਲੜਾਈ ਲੜਨੀ ਜੇ ਮੈਂ ਝੂਠ ਬੋਲਦਾ ਤਾਂ ਦੱਸ ਦਿਓ ਸੋ ਮੇਰੀ ਬੇਨਤੀ ਆ ਸਾਰੇ ਨੌਜਵਾਨ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਜਦ ਅਸੀਂ ਏਸੀਆਂ 'ਚ ਬੈਠੇ ਹਾਂ 80-80 ਸਾਲਾਂ ਦੀਆਂ ਸਾਡੀਆਂ ਬੇਬੇ ਸਾਡੀਆਂ ਮਾਵਾਂ ਸਾਡੇ ਬਜ਼ੁਰਗ ਉਹ ਸਾਰਾ ਸਾਰਾ ਦਿਨ ਧੁੱਪਾਂ 'ਚ ਬੈਠੇ ਆ ਕਿਹਦੇ ਲਈ ਜੇ ਕਨੇਡਾ ਵੀ ਗਏ ਤਾਂ ਸਾਨੂੰ ਸਾਡੀਆਂ ਜ਼ਮੀਨਾਂ ਨੇ ਪਹੁੰਚਾਇਆ ਕਨੇਡਾ जे एक किला कोई बेच के चार पैसे आए जां हाड़ी सौणी चो चार पैसे जुड़े कागजां च दिखाई साडे कोल आ जमीन हैगी आ तां असीं कनेडा तक पहुंच गए अमरीका तक पहुंच गए जो साडे कोल रिहा ही कख ना दिहाड़ियां तो बगैर असीं की करांगे और दूसरा किसानां लई अज असीं आए आ जदों किते मजदूरां लई धक्का हुंदा उहनां लई भी बराबर आई खड़िया करो ਉਹਨਾਂ ਲਈ ਵੀ ਐਵੇਂ ਖੜਿਆ ਕਰੋ ਸਾਡਾ ਸੀਰੀ ਚਾਚਾ ਪ੍ਰੀਤਮ ਜਿਹਨੇ ਮੋਢਾਂ ਦੇ ਖੜਾਇਆ ਅੱਜ ਤੱਕ ਮੈਨੂੰ ਯਾਦ ਆ ਉਹਨਾਂ ਬਗੈਰ ਆਪਾਂ ਜਿੱਤ ਨਹੀਂ ਸਕਦੇ ਸੋ ਤੁਹਾਨੂੰ ਇਹ ਸਾਰੇ ਮੇਰੇ ਭਰਾ ਆ ਖੜੇ ਆ ਸਾਡੀ ਗਾਇਕੀ ਤੇ ਤੁਸੀਂ ਉਂਗਲ ਨਹੀਂ ਰੱਖ ਸਕਦੇ ਜਿਹਦੇ ਤੁਸੀਂ ਸਾਨੂੰ ਤਾਨਾ ਮਾਰੋ ਜਦੋਂ ਅਸੀਂ ਗਾਇਆ ਅਸੀਂ ਆਪਦੀਆਂ ਭੈਣਾਂ ਆਪਦੀਆਂ ਸਕੀਆਂ ਮਾਵਾਂ ਨੂੰ ਸਾਹਮਣੇ ਰੱਖ ਕੇ ਗਾਇਆ ਪੰਜਾਬੀ ਮਾਂ ਬੋਲੀ ਦਾ ਝੰਡਾ ਚੁੱਕਿਆ ਤੇ ਹੁਣ ਅਸੀਂ ਤੁਹਾਡੇ ਨਾਲ ਤੁਹਾਡੇ ਪੋਤਾ ਭੁੱਲ ਜਾਓ ਅਸੀਂ ਕੋਈ ਸਟਾਰ ਆ ਜਿਵੇਂ ਜਿੱਥੇ ਕਹੋਗੇ ਅਸੀਂ ਤੁਹਾਡੇ ਨਾਲ ਖੜੇ ਆ ਸਾਨੂੰ ਨਾਲ ਜੋੜੋ ਆਪਾਂ ਕੋਈ ਵੰਡੀਆਂ ਨਹੀਂ ਪਾਉਣੀਆਂ ਅਸੀਂ ਤੁਹਾਡਾ ਪ੍ਰਚਾਰ ਤੁਹਾਡੀ ਆਵਾਜ਼ ਬਣ ਕੇ ਜਿੱਥੇ ਕਹੋ ਅਸੀਂ ਪਹੁੰਚਾਂਗੇ ਅੱਜ ਇਹ ਸਾਰੇ ਪੰਜਾਬ ਦਾ ਸਵਾਲ ਆ ਪੰਜਾਬ ਦੀ ਮੁੱਛ ਦਾ ਸਵਾਲ ਆ ਜੱਟ ਪਿੱਛੇ ਵੱਟ ਪਿੱਛੇ ਜੱਟ ਭਰਾ ਵੱਢ ਦਿੰਦਾ ਤੇ ਕਰ ਲਾਂਗੇ ਬਰਦਾਸ਼ਤ ਬਾਂਬੇ ਵਾਲੇ ਆ ਕੇ ਸਾਡੀਆਂ ਬਹਿ ਜਾਣ ਵੱਟਾਂ ਤੇ ਬਸ ਮੋਦੀ ਸਾਹਿਬ ਪ੍ਰਧਾਨ ਮੰਤਰੀ ਹੋ ਮਾਣਯੋਗ ਸਤਿਕਾਰਯੋਗ ਤੁਸੀਂ ਸਾਡੇ ਤੁਹਾਨੂੰ ਇੱਕੋ ਮਿੰਨਤ ਆ ਇਹ ਤਿੰਨੇ ਆਰਡੀਨੈਂਸ ਗੁਜਰਾਤ 'ਚ 5 ਸਾਲ ਲਾਗੂ ਕਰ ਦਿਓ ਉੱਥੇ ਬੱਲੇ ਬੱਲੇ ਹੋ ਗਈ ਤਾਂ ਅਸੀਂ ਸਿਰ ਝੁਕਾ ਕੇ ਤੁਹਾਡੇ ਨਾਲ ਹਾਂ ਨਹੀਂ ਕਿਰਪਾ ਕਰਕੇ ਅਸੀਂ ਜਿਵੇਂ ਹਾਂ ਸਾਨੂੰ ਰਹਿਣ ਦਿਓ ਬਹੁਤ ਧੰਨਵਾਦ ਦੋ ਗਾਣੇ ਦੇ ਬੋਲ ਕਿਉਂਕਿ ਸੰਤ ਰਾਮ 88 ਬਣ ਕੇ ਅਸੀਂ ਅੱਜ ਆਏ ਹਾਂ ਕਵੀ ਆ ਜਿਹੜੇ
ਗਾਉਣ ਵਾਲੇ ਆ ਜਿਹੜੇ। ਬਾਬਾ ਮੈਂ ਚਾਹਾਂਗਾ ਦੋ ਲੈਣਾ ਗਾ ਦੇ, ਚਾਹੇ ਦੋ ਲਫ਼ਜ਼ ਬੋਲ ਦੇ, ਮੈਂ ਧੱਕੇ ਨਾਲ ਇੰਨਾ ਕੁ ਟਾਈਮ ਲੈ ਰਿਹਾ ਮੇਰਾ, ਇੰਨਾ ਕੁ ਸਾਨੂੰ ਦੋ ਮਿੰਟ ਦੇ ਦਿਓ, ਅਸੀਂ ਚੱਲ ਕੇ ਆਏ ਹਾਂ, ਹਾਜ਼ਰੀ ਲਵਾਉਣੀ ਹੈ। ਬਾਬਾ ਛੋਟਾ ਵੀਰ ਦੋ ਮਿੰਟ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ, ਕਿ ਕੰਮ ਦੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਇਸ ਸੰਘਰਸ਼ ਦੇ ਵਿੱਚ ਸਾਰੇ ਅੱਜ ਸ਼ਾਮਿਲ ਹੋਏ ਹਾਂ। ਬਾਈ ਜੀ ਨੇ ਜਿੰਨੀਆਂ ਗੱਲਾਂ ਕਰਤੀਆਂ ਮੈਨੂੰ ਲੱਗਦਾ ਪਿੱਛੇ ਕੁਝ ਬਚਿਆ ਨਹੀਂ। ਸਾਨੂੰ ਇਹਨਾਂ ਬਿੱਲਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ। ਕਦੀ ਹੱਥ ਖੜੇ ਕਰੋ ਵੀ ਸਾਨੂੰ ਪਤਾ ਹੈ ਪਾਸ ਕੀ ਹੋਇਆ। ਹਾਂ, ਐਵੇਂ ਕਿਤੇ ਆਪਾਂ ਸੜਕਾਂ ਤੇ ਇੱਧਰ ਫਿਰ ਕੇ ਤੁਰ ਕੇ ਚਲੇ ਗਏ, ਇਹਨਾਂ ਨੂੰ ਸ਼ਾਇਦ ਐਂ ਲੱਗਦਾ ਵੀ ਪਤਾ ਹੀ ਨਹੀਂ ਇਹਨਾਂ ਨੂੰ ਵੀ ਇਹ ਕੀ ਕੀਤਾ ਕੀ ਨਹੀਂ। ਮੈਂ ਹਮੇਸ਼ਾ ਹਰ ਇੰਟਰਵਿਊ 'ਚ ਇਹ ਕਿਹਾ, ਜਦੋਂ ਤੁਸੀਂ ਵੋਟਾਂ ਲੈਣ ਐਡੀਆਂ ਐਡੀਆਂ ਰੈਲੀਆਂ ਉਦੋਂ ਕਰਦੇ ਹੋ, ਇਕੱਠ ਕਰਦੇ ਹੋ, ਲੋਕਾਂ ਨੂੰ ਪੁੱਛਦੇ ਹੋ, ਤੇ ਜਦੋਂ ਬਿੱਲ ਪਾਸ ਹੁੰਦਾ ਉਦੋਂ ਵੀ ਇੱਕ ਰੈਲੀ ਕਰ ਲਿਆ ਕਰੋ, ਉਦੋਂ ਵੀ ਲੋਕਾਂ ਦੀ ਸਹਿਮਤੀ ਲੈ ਲਿਆ ਕਰੋ ਵੀ ਭਾਈ ਆਹ ਬਿੱਲ ਪਾਸ ਕਰਨ ਲੱਗੇ ਹਾਂ, ਦੱਸੋ ਕਰੀਏ ਜਾਂ ਨਾ ਕਰੀਏ। ਤੁਸੀਂ ਬਿੱਲ ਪਾਸ ਕਰਕੇ ਇੱਕ ਸਟੇਟ ਨੂੰ, ਇੱਕ ਉਹਨਾਂ ਲੋਕਾਂ ਨੂੰ ਦੇ ਦਿੰਦੇ ਹੋ ਜਿੰਨਾ ਸਾਡਾ ਤਾਂ ਕੰਮ ਹੀ ਕਿਸਾਨੀ ਤੋਂ ਚੱਲ ਰਿਹਾ। ਅਸੀਂ ਤਾਂ ਉਹ ਲੋਕ ਹਾਂ ਜਿਹੜੇ 6-6 ਮਹੀਨੇ ਤੱਕ ਵੇਟ ਕਰਦੇ, ਸਾਡੇ ਮਾਂ ਪਿਓ ਕਹਿੰਦੇ ਪੁੱਤ ਕੋਈ ਨੀ ਫਸਲ ਆ ਲੈਂਦੇ ਤੈਨੂੰ ਆਹ ਚੀਜ਼ ਲੈ ਦਿਆਂਗੇ। ਸਾਰੇ ਦਾ ਸਾਰਾ ਟੱਬਰ ਜਿਹੜਾ ਫਸਲ ਤੇ ਨਿਰਭਰ ਹੁੰਦਾ, ਤੇ ਜੇ ਸਾਡੇ ਵੱਖੋ ਸਾਡਾ ਆੜ੍ਹਤੀਏ ਨਾਲ ਰਿਸ਼ਤਾ 9 ਮਾਸ ਦਾ ਰਿਸ਼ਤਾ ਹੈ, ਸਾਡਾ ਖੇਤਾਂ ਨਾਲ ਰਿਸ਼ਤਾ ਜਿਹੜਾ 9 ਮਾਸ ਦਾ ਰਿਸ਼ਤਾ, ਕਿਉਂਕਿ ਆੜ੍ਹਤੀਏ ਕੋਲ ਅਸੀਂ ਕਿਸੇ ਟਾਈਮ ਵੀ ਪੈਸੇ ਫੜ ਲੈਂਦੇ, ਜੇ ਸਾਡੇ ਘਰਾਂ 'ਚ ਬੁਲਾਇਆ, ਜੇ ਸਾਨੂੰ ਕੋਈ ਹੋਰ ਚੀਜ਼ ਚਾਹੀਦੀ ਤਾਂ ਅਸੀਂ ਕਹਿੰਦੇ ਭਾਈ ਤੂੰ ਲਿਖ ਲਾ ਆਪਣੇ ਰਜਿਸਟਰ ਤੇ ਨੋਟ ਕਰ ਲੈ, ਜਦੋਂ ਫਸਲ ਅਸੀਂ ਚੱਕ ਲਈ। ਮੁੜ ਕੇ ਕਿਹਨੂੰ ਕਹਾਂਗੇ? ਬਿਹਾਰ ਦੇ ਵਿੱਚ ਇਹਨਾਂ 2006 ਦੇ ਵਿੱਚ ਜਿਹੜੀ MSP ਖਤਮ ਕਰਤੀ, APMC ਜਿਹੜਾ ਐਕਟ ਆ ਮੰਡੀ ਕਰਨ ਦਾ, ਇਹਨਾਂ ਖਤਮ ਕਰਤਾ, ਤਾਂ ਅੱਜ ਸਾਰਾ ਬਿਹਾਰ ਤਾਂ ਪੰਜਾਬ 'ਚ ਕਰ ਰਿਹਾ ਇੱਥੇ ਮਜ਼ਦੂਰੀ, ਫਿਰ ਅਸੀਂ ਕਿੱਥੇ ਜਾਵਾਂਗੇ? ਇਸ ਤੋਂ ਬਾਅਦ ਇਹਨਾਂ ਬੋਲੀ ਵੱਲ ਹੋ ਜਾਣਾ, ਬੋਲੀ ਤਾਂ ਅੱਗੇ ਖਤਮ ਹੋ ਰਹੀ, ਜੰਮੂ 'ਚ ਵੀ ਹੋ ਗਈ, ਰਾਜਸਥਾਨ 'ਚ ਵੀ ਹੋ ਗਈ, ਉਸ ਤੋਂ ਬਾਅਦ ਇਹਨਾਂ ਨੇ ਕਹਿਣਾ ਵੀ ਜਿਹੜੇ 4-5 ਬੰਦੇ ਰਹਿ ਗਏ ਪਹਿਲਾਂ ਨਸ਼ੇ ਨਾਲ ਉਜਾੜਦੇ ਆ, ਹੁਣ ਕਿਸਾਨੀ ਚੱਲੀ ਆ, ਮੁੜ ਕੇ ਬੋਲੀ ਰਹਿ ਜਾਣੀ, ਬਿਜਲੀ ਬਿੱਲ। ਧਿਆਨ ਇਹਨਾਂ ਚੀਜ਼ਾਂ ਦਾ ਰੱਖੋ ਵੀ ਜਦੋਂ ਵੋਟਾਂ ਆਉਂਦੀਆਂ ਆ ਉਦੋਂ ਵੀ ਇਹ ਸਵਾਲ ਆਪਾਂ ਕਰੀਏ, ਕਿਉਂਕਿ ਸਾਡਾ ਅਸੀਂ ਜਿੰਨਾ ਮਰਜ਼ੀ ਬੋਲੀਏ, ਅਸੀਂ ਕਲਾਕਾਰ ਫਿਰ ਸਾਨੂੰ ਇਹਨਾਂ ਕਹਿ ਦੇਣਾ ਲੈ ਕਲਾਕਾਰ ਆ, ਇਹਨਾਂ ਦਾ ਕੀ ਆ, ਇਹਨਾਂ ਦਾ ਕੋਈ ਸਟੈਂਡ ਹੀ ਨਹੀਂ। ਪਰ ਕਲਾਕਾਰ ਤਾਂ ਅਸੀਂ ਵੀ ਤਾਂ ਰੋਟੀ ਖਾਂਦੇ ਹਾਂ, ਹੁਣ ਵੀ ਖਾ ਕੇ ਆ, ਜਾ ਕੇ ਵੀ ਖਾਣੀ ਆ। ਜੇ ਰੋਟੀ ਖਤਮ ਹੋ ਗਈ ਅਸੀਂ ਆਪਣੇ ਖੇਤਾਂ 'ਚ ਆਪ ਮਜ਼ਦੂਰੀ, ਉਹ ਦਿਨ ਦੂਰ ਨਹੀਂ ਜੇ ਜੱਟਾਂ ਦੇ ਪੁੱਤ ਇਹਨਾਂ ਨੇ ਆਪ ਮਜ਼ਦੂਰੀ ਕਰਨ ਲਾ ਤੇ। ਪਰ ਇੱਦਾਂ ਕਿੱਦਾਂ, ਕਿਉਂਕਿ ਇਹਨਾਂ ਨੇ ਬਿੱਲ ਪਾਸ ਕਰਤੇ, ਆਰਡੀਨੈਂਸ ਪਾਸ ਕਰਤੇ, ਆਪਣੀ ਮਰਜ਼ੀ ਨੇ ਕਰੀ ਜਾਂਦੇ ਜੋ ਜੀ ਆਉਂਦਾ। ਯਾਰ ਹੋਰ ਕਿਤੇ ਕਰ ਲਓ, ਤੁਹਾਨੂੰ ਪੰਜਾਬ ਹੀ ਲੱਭਦਾ ਸਾਰਾ ਕੁਝ ਕਰਨ ਨੂੰ, ਹੋਰ ਕਰ ਲਓ ਬਥੇਰੇ 28 ਸਟੇਟਾਂ ਆ, ਕਿਸੇ ਹੋਰ 'ਚ ਜਾ ਕੇ ਕਰ ਲਓ, ਗੁਜਰਾਤ ਕਰ ਲਾ, ਉੱਥੇ 3500 ਕਰੋੜ ਦਾ ਕਿੰਨੇ ਦਾ ਬੁੱਤ ਲਾਤਾ, ਉਹ ਕਿਸਾਨਾਂ ਨੂੰ ਦੋ, ਇੱਥੇ ਕਰਜ਼ੇ ਮਾਫ਼ ਹੋ ਜਾਣ। ਮਤਲਬ ਇਸ ਚੀਜ਼ ਦਾ ਜਿਹੜਾ ਸੰਘਰਸ਼ ਆ ਇਹ ਕੋਈ ਅੱਜ ਨਹੀਂ, ਅੱਜ ਆਪਾਂ 25 ਸਤੰਬਰ ਨੂੰ ਪੰਜਾਬ ਬੰਦ ਕਰਤਾ ਤੇ ਖਤਮ ਹੋ ਗਿਆ। ਇਹ ਸਾਡੀ ਕੱਲੀ ਕੱਲੀ ਗੱਲ ਜਿਹੜੀ ਆ ਇਹ ਯਾਦ ਰੱਖਿਓ, ਇਹ ਦਿੱਲੀ ਤੱਕ ਜਾਣੀ ਆ, ਉਹਨਾਂ ਇਹ ਚੀਜ਼ ਨੋਟ ਕਰਨੀ ਆ ਵੀ ਇਹ ਲੋਕ ਘਰੇ ਵੜ ਗਏ ਆ, ਪਹੁੰਚ ਗਏ, ਬਸ ਖਤਮ ਹੋ ਗਿਆ। ਇਹ ਰੌਲਾ ਮੇਰੇ ਵੀਰੋ ਵੱਡਾ ਕਰੋ, ਔਰ ਮੈਂ ਬੇਨਤੀ ਕਰਦਾ ਜਿਹੜੇ ਜਿਹੜੇ ਵੀ ਪਾਰਟੀ ਨੌਜਵਾਨ ਸ਼ਾਂਤੀ ਬਣਾ ਕੇ ਰੱਖਿਓ, ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਜ਼ਿਆਦਾ ਉਕਸਾ ਕੇ ਸਾਡੀ ਜਿਹੜੀ ਜਵਾਨੀ ਹੈ ਖਤਮ ਕਰ ਦਿੱਤੀ ਗਈ। ਆਪਾਂ ਵੇਖਿਆ ਹੀ ਆ ਕੀ ਹੋਇਆ ਪਿਛਲੇ ਮਾਹੌਲਾਂ ਦੇ ਵਿੱਚ, ਜਿਹੜੀ ਜਵਾਨੀ ਖਤਮ ਹੋਈ ਆ। ਆਪਾਂ ਕੋਈ ਹੁਲੜਬਾਜ਼ੀ ਨਹੀਂ ਕਰ ਰਹੇ, ਆਪਾਂ ਜਿਹੜਾ ਸੰਘਰਸ਼ ਆ, ਜੇ ਸਾਨੂੰ ਦਿੱਲੀ ਜਾਣਾ ਪਿਆ, ਮੈਂ ਵਾਅਦਾ ਕਰਦਾ ਜੇ ਤੁਸੀਂ ਕੱਲ ਸਵੇਰੇ ਕਹੋਗੇ ਅਸੀਂ ਸਵੇਰੇ ਤੁਹਾਡੇ ਅੱਗੇ ਲੱਗੇ ਹੋਵਾਂਗੇ ਝੰਡੇ ਚੁੱਕ ਕੇ। ਮੈਂ ਦੋ ਲੈਣਾ ਬਾਪੂ ਸੰਤ ਰਾਮ ਉਦਾਸੀ ਦੀਆਂ ਗਾ ਦਿੰਦਾ, ਉਹਨਾਂ ਨੇ ਲਿਖਿਆ ਹੀ ਕਿਰਤੀਆਂ ਮਜ਼ਦੂਰਾਂ ਦੇ ਹੱਕਾਂ ਦੇ ਵਿੱਚ, ਮੈਂ ਦੋ ਲੈਣਾ ਉਹਨਾਂ ਦੀਆਂ ਗਾਉਂਦਾ। ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰ ਜਾ ਕੰਮੀਆਂ ਦੇ ਵੇਰੇ, ਹੋ ਤੂੰ ਮਗਦਾ ਰਹੀ ਵੇ ਸੂਰ ਜਾ ਕੰਮੀਆਂ